ਅਜੀ ਕੌਮ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਹਿਮਾਚਲ ਪ੍ਰਦੇਸ਼ ਸ਼ਿਮਲਾ ਦੇ ਵਿੱਚ। ਜਿਵੇਂ ਕਿ ਅਸੀਂ ਦੇਖਿਆ ਕਿ ਲੋਕਡਾਊਨ ਤੋਂ ਬਾਅਦ ਹੁਣ ਜਿਹੜੇ ਇੱਥੇ ਸੈਲਾਨੀ ਆਉਣੇ ਸ਼ੁਰੂ ਹੋ ਗਏ ਨੇ, ਬਾਰਡਰ ਖੋਲ੍ਹੇ ਗਏ ਆ। ਇਸ ਤੋਂ ਪਹਿਲਾਂ ਜਿਹੜਾ ਕੋਵਿਡ-19 ਦੇ ਚੱਲਦਿਆਂ ਜਿਹੜਾ ਲੋਕ ਘਰਾਂ ਦੇ ਵਿੱਚ ਕੈਦ ਹੋ ਕੇ ਰਹਿ ਗਏ ਸੀ, ਹੁਣ ਬੜੀ ਸੰਖਿਆ ਦੇ ਵਿੱਚ ਲੋਕ ਆਉਣੇ ਸ਼ੁਰੂ ਹੋ ਗਏ ਨੇ। ਅੱਜ ਅਸੀਂ ਇੱਥੇ ਗੱਲਬਾਤ ਕਰਾਂਗੇ ਇੱਥੇ ਆਉਣ ਵਾਲੇ ਸੈਲਾਨੀਆਂ ਦੇ ਨਾਲ, ਅਤੇ ਉੱਥੇ ਪੂਰੀ ਜਿਹੜੀ ਸ਼ਿਮਲੇ ਦੀ ਝਲਕੀ ਤੁਹਾਨੂੰ ਦਿਖਾਵਾਂਗੇ। ਇਹ ਬੜੇ ਟਾਈਮ ਬਾਅਦ ਜਿਹੜਾ ਜੀ ਆਪਣਾ ਇੱਥੇ ਸੈਲਾਨੀ ਆਉਣੇ ਸ਼ੁਰੂ ਹੋਏ ਨੇ। ਪਹਿਲਾਂ ਕੋਵਿਡ-19 ਦੇ ਚੱਲਦੇ ਸਭ ਕੁਝ ਬੰਦ ਪਿਆ ਸੀ, ਤੁਸੀਂ ਕੀ ਕਹਿਣਾ ਚਾਹੋਗੇ, ਕਿਵੇਂ ਲੱਗਿਆ ਤੁਹਾਨੂੰ ਅੱਜ ਇੱਥੇ ਆ ਕੇ? ਅੱਜ ਅਸੀਂ ਮਤਲਬ ਸਾਨੂੰ 1 ਘੰਟਾ ਹੋਇਆ ਜੀ ਹੁਣੇ ਆਏ ਹਾਂ ਅਸੀਂ, ਅਤੇ ਮੌਸਮ ਬਹੁਤ ਵਧੀਆ ਲੱਗ ਰਿਹਾ, ਠੰਡਾ ਮੌਸਮ ਹੈ। ਅਤੇ ਪਹਿਲਾਂ ਕੋਵਿਡ-19 ਕਰਕੇ ਵੀ ਮਤਲਬ ਬੰਦ ਸੀ ਸਾਰਾ ਕੁਛ, ਸਾਰੇ ਦੁਨੀਆ ਮਤਲਬ ਸਾਰੇ ਘਰ ਹੀ ਬੈਠੇ ਸੀ, ਅਤੇ ਹੁਣ ਲੋਕ ਇੱਥੇ ਆ ਰਹੇ ਨੇ। ਵੈਸੇ ਹੁਣ ਥੋੜ੍ਹੀ ਜਿਹੀ ਸੰਖਿਆ ਹਜੇ ਘੱਟ ਹੈ, ਸ਼ਾਮ ਤੱਕ ਇੱਥੇ ਜ਼ਿਆਦਾ ਹੋ ਜੂਗੀ ਕਹਿੰਦੇ ਨੇ ਲੋਕ ਇੱਥੇ। ਅਤੇ ਦੁਕਾਨਾਂ ਵੀ ਥੋੜ੍ਹੀਆਂ ਜਿਹੀਆਂ ਵਿੱਚ ਬੰਦ ਪਈਆਂ ਨੇ, ਉਹ ਵੈਸੇ ਖੁੱਲੀਆਂ ਨੇ, ਠੀਕ ਹੈ। ਇਹ ਕਹਿੰਦੇ ਵੀ ਇੱਥੇ ਕਹਿੰਦੇ 1 ਮਹੀਨਾ ਹੋ ਗਿਆ ਸਾਡੇ ਖੁੱਲ੍ਹੇ ਨੂੰ, ਅਤੇ ਵੈਸੇ ਸਾਰਾ ਕੁਛ ਵਧੀਆ, ਮੌਸਮ ਠੀਕ ਹੈ। ਇਹ ਕੋਵਿਡ-19 ਦੇ ਚੱਲਦੇ ਹੁਣ ਇੱਥੇ ਅਜੇ ਵੀ ਕੋਈ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਨੇ ਜਾਂ ਥੋੜ੍ਹੀ ਪਹਿਲਾਂ ਨਾਲੋਂ ਢਿੱਲ ਹੋਈ ਹੈ, ਕੀ ਗੱਲਬਾਤ ਹੈ, ਕੀ ਮਾਹੌਲ ਹੈ ਇੱਥੇ? ਨਹੀਂ, ਵੈਸੇ ਇੱਥੇ ਕਹਿ ਰਹੇ ਹੈ ਜੀ ਵੀ ਮਾਸਕ ਦੀ ਜ਼ਿਆਦਾ ਵਰਤੋਂ ਕਰਨੀ ਕਹਿ ਰਹੇ ਨੇ, ਅਤੇ ਮਾਸਕ ਜੇ ਨਹੀਂ ਪਹਿਨਦੇ ਤਾਂ 500 ਰੁਪਇਆ ਫਾਈਨ ਵੀ ਕਰਦੇ ਨੇ, ਅਤੇ ਮਾਸਕ ਪਹਿਨਣਾ ਜ਼ਰੂਰੀ ਹੈ। ਅਤੇ ਔਰ ਜੇ ਮਤਲਬ ਹੋਟਲ ਦੇ ਵਿੱਚ ਰੂਮ ਵਗੈਰਾ ਲੈਣਾ ਤਾਂ ਉੱਥੇ ਵੀ ਸੈਨੇਟਾਈਜ਼ਰ ਕਰਵਾਉਂਦੇ ਨੇ, ਰੂਮ ਵੀ ਸੈਨੇਟਾਈਜ਼ ਕਰਦੇ ਨੇ ਸਾਰਾ ਸੈਨੇਟਾਈਜ਼ਰ। ਮਤਲਬ ਜੇ ਸ਼ੌਪ ਦੇ ਵਿੱਚ ਕਿਤੇ ਵੀ ਜਾਂਦੇ ਹਾਂ, ਖਾਣਾ ਖਾਂਦੇ ਹਾਂ ਤਾਂ ਉੱਥੇ ਵੀ ਮਤਲਬ ਹੱਥਾਂ ਨੂੰ ਸਾਡੇ ਸੈਨੇਟਾਈਜ਼ ਕਰਦੇ ਨੇ। ਕਾਫੀ ਟਾਈਮ ਤੋਂ ਕਰੋਨਾ ਕਰਕੇ ਨਾ ਮਤਲਬ ਕਿ ਘਰ ਵਿੱਚ ਬੈਠੇ ਸੀ ਕਾਫੀ ਟਾਈਮ ਤੋਂ, ਹੁਣ ਇੱਥੇ ਬਾਹਰ ਆ ਕੇ ਬਹੁਤ ਵਧੀਆ ਲੱਗ ਰਿਹਾ ਹੈਗਾ। ਹੋਰ ਵੀ ਬਹੁਤ ਸਾਰੇ ਲੋਕ ਆ ਜੋ ਇੱਥੇ ਪਹੁੰਚ ਰਹੇ ਆ, ਬਹੁਤ ਵਧੀਆ ਵੈਦਰ ਹੈ, ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ। ਸਰ, ਜਿਹੜਾ ਕੋਵਿਡ-19 ਦੇ ਦਰਮਿਆਨ ਇੱਥੇ ਬਾਰਡਰ ਬੰਦ ਕੀਤੇ ਗਏ ਸੀਗੇ, ਉਸ ਤੋਂ ਬਾਅਦ ਹੁਣ ਖੋਲ੍ਹੇ ਗਏ ਆ, ਕਿਸ ਤਰ੍ਹਾਂ ਦਾ ਮਾਹੌਲ ਆ ਇੱਥੇ? ਮਾਹੌਲ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੀ ਹੈ ਵੀਰੇ, ਪਹਿਲਾਂ ਲੋਕਡਾਊਨ ਕਰਕੇ ਸਰਕਾਰ ਨੇ ਸਾਰੀ ਆਵਾਜਾਈ ਬੰਦ ਕੀਤੀ ਹੋਈ ਸੀ ਨਾ, ਅਤੇ ਹੁਣ ਜਿਵੇਂ ਜਿਵੇਂ ਸਰਕਾਰ ਨੇ ਰਾਇਤ ਦਿੱਤੀ ਹੈਗੀ, ਉਵੇਂ ਉਵੇਂ ਪਹਿਲਾਂ ਵਾਂਗੂ ਲੋਕ ਹੁਣ ਹਫਲੇ ਪਏ ਨੇਗੇ, ਕਿਉਂ ਘਰ ਬਹਿ ਬਹਿ ਕੇ ਵੀ ਅੱਕੇ ਪਏ ਸੀਗੇ, ਹੁਣ ਤਾਂ ਹੀ ਨਿਕਲ ਰਹੇ ਨੇ। ਪਹਿਲਾਂ ਨਾਲੋਂ ਕਾਫੀ ਫਰਕ ਦਿਖ ਰਿਹਾ ਸਾਨੂੰ ਇੱਥੇ, ਵੀ ਪਹਿਲਾਂ ਨਾਲੋਂ ਵਧੀਆ ਹੋ ਰਹੀ ਆ ਰੌਣਕ। ਪਹਿਲੀ ਵਾਰ ਆਏ ਆ? ਪਹਿਲਾਂ ਵੀ ਆਏ? ਮੈਂ 1-2 ਵਾਰੀ ਪਹਿਲਾਂ ਆਇਆ। ਮੈਂ ਪਹਿਲਾਂ ਨਾਲੋਂ ਫਰਕ ਹੈ? ਪਹਿਲਾਂ ਨਾਲੋਂ ਫਰਕ ਜਿਵੇਂ ਹੁਣ ਅਸੀਂ ਹਲੇ ਆਈ ਸੀ, ਹੁਣ ਥੋੜ੍ਹੀ ਥੋੜ੍ਹੀ ਘੱਟ, ਜਦੋਂ ਜਿਉਂ ਜਿਉਂ ਦਿਨ ਢਲਦਾ ਜਾਊਗਾ ਰੌਣਕ ਵੱਧਦੀ ਜਾਣੀ। ਰਾਤ ਨੂੰ ਅਸੀਂ ਆਏ ਸੀਗੇ ਅਤੇ ਰਾਤ ਨੂੰ ਇੰਨਾ ਹੈ ਨਹੀਂ ਸੀਗਾ, 10 ਵਜੇ ਤੱਕ ਮਤਲਬ ਬੰਦ ਕਰ ਦਿੰਦੇ ਨੇਗੇ ਖਾਣ ਪੀਣ ਵਾਲਾ ਵੀ, ਠੀਕ ਹੈ। ਅਸੀਂ ਨੇ ਮੇਰਾ ਬਰਥਡੇ ਸੀਗਾ, ਅਸੀਂ ਕੇਕ ਕੱਟਿਆ ਸੀਗਾ ਅਤੇ 10 ਵਜੇ ਤੱਕ ਮਤਲਬ ਇਹਨਾਂ ਨੇ ਬੰਦ ਕਰਤਾ ਸੀਗਾ। ਬਹੁਤ ਬਹੁਤ ਵਧਾਈ ਮੇਰੇ ਜਨਮ ਦਿਨ ਦੀ। ਧੰਨਵਾਦ ਵੀਰੇ। ਤੁਸੀਂ ਕੀ ਦੇਖੋਗੇ ਇੱਥੇ? ਵੱਧ ਨਾਰਕੰਡਾ ਜਾਣਾ ਭਰਾ, ਜਾਖੂ ਮੰਦਰ ਜਾਣਾ ਹਲੇ, ਫਿਰ ਵਾਟਰਫਾਲ ਵੀ ਜਾਣਾ ਹਲੇ, ਦੋ ਤਿੰਨ ਦਿਨਾਂ ਦਾ ਹੋਰ ਟੂਰ ਹੈਗਾ ਹਲੇ ਸਾਡਾ। ਅੱਛਾ, ਮਤਲਬ 2-3 ਚੀਜ਼ਾਂ ਹੋਰ ਹੈਗੀਆਂ? ਕੋਲ ਹੈਗੀਆਂ, ਸ਼ਾਇਦ ਵੀ ਇਹ ਤੋਂ ਅੱਜ ਕੁਫਰੀ ਵੀ ਚਲੇ ਜਾਈਏ, ਮਤਲਬ ਉਹ ਮੂਡ 'ਤੇ ਡਿਪੈਂਡ ਆ ਸਾਡੇ ਵਾਲੇ, ਠੀਕ ਹੈ ਵੀ ਜੇ ਇੱਥੇ ਟਾਈਮ ਲੱਗ ਗਿਆ ਥੋੜ੍ਹਾ ਜਿਹਾ, ਕੁਛ 1-2 ਸ਼ੂਟ ਵੀ ਕਰਨੇ ਸੀ ਬਾਈ ਦਾ ਗਾਣਾ ਆਉਣਾ ਅੱਗੇ, ਕਾਫੀ ਟਾਈਮ ਬਾਅਦ ਬਾਈ ਵਾਲੇ ਵੀ ਪੋਇਟਰੀ ਲਿਖਦਾ ਬਾਈ, ਅਤੇ ਬਾਈ ਵੀ ਲਿਖਦਾ, ਮੈਂ ਵੀ ਲਿਖਦਾ, ਮੈਂ ਗਾਉਣਾ ਵੀ ਆ, ਬਾਈ ਵੀ ਗਾਉਂਦਾ। ਦੱਸੋ ਕਿਹੋ ਜਿਹਾ ਚੀਜ਼ ਸੁਣਦਾ? ਰਾਤ ਬਾਈ ਦੇ ਬਰਥਡੇ ਸੀਗਾ ਨਾ, ਉਹਦੇ 'ਤੇ ਗਾਣਾ ਸੁਣਾ, ਬਾਈ ਨੇ ਸੁਣਾਇਆ ਬਣਾਇਆ ਸੀ। ਆਪਣੇ ਪੰਜਾਬ ਦੇ ਵਿੱਚ ਹਾਲਾਤ ਚੱਲ ਰਹੇ ਆ, ਅੱਛਾ ਥੋੜ੍ਹਾ ਜਿਹਾ ਯਾਦ ਕਰਨਾ ਪੈਣਾ ਮੈਨੂੰ। ਤੂੰ ਸੁਧਰ ਜਾਨੀ ਸਰਕਾਰੇ, ਕਿਉਂ ਕਿਸਾਨਾਂ ਦੇ ਹੱਕ ਮਾਰੇ, ਤੂੰ ਸੁਧਰ ਜਾਨੀ ਸਰਕਾਰੇ, ਕਿਉਂ ਕਿਸਾਨਾਂ ਦੇ ਹੱਕ ਮਾਰੇ, ਪੜ ਤੂੰ ਮੱਚੂ ਪਾਸੇ ਸਟਾਰੇ, ਇੱਕ ਐਸੀ ਮੁਹਿੰਮ ਚਲਾਵਾਂਗੇ, ਸੁਧਰ ਜਾਨੀ ਸਰਕਾਰੇ, ਇੱਕ ਵੱਖਰਾ ਦੇਸ਼ ਬਣਾਵਾਂਗੇ, ਸੁਧਰ ਜਾਨੀ ਸਰਕਾਰੇ, ਨਹੀਂ ਤਾਂ ਵੱਖਰਾ ਦੇਸ਼ ਬਣਾਵਾਂਗੇ। ਥੈਂਕ ਯੂ ਵੀਰੇ। ਅਸੀਂ ਸਾਡੀ ਇੱਕ ਪੂਰੀ ਟੀਮ ਹੈਗੀ, ਅਤੇ ਸਾਡੀ ਪਹਿਲਾਂ ਬਣਾਇਆ ਹੁੰਦਾ ਸੀ, ਹੁਣ ਸੁੱਖ ਐਂਡ ਸੰਧੂ ਟੀਮ ਬਣੀ ਆ, ਅਤੇ ਹੌਲੀ ਹੌਲੀ ਅਸੀਂ ਹੋਰ ਵੀ ਕੁਛ ਵੱਖਰਾ ਕਰਦੇ ਰਹਾਂ। ਬਾਈ ਮਿਊਜ਼ਿਕ ਡਾਇਰੈਕਟਰ ਵੀ ਸਾਡਾ ਆਪਦੇ ਹੀ ਆ, ਠੀਕ ਆ, ਅਤੇ ਜਿਵੇਂ ਵੀਡੀਓ ਡਾਇਰੈਕਟਰ ਆ, ਬ੍ਰਦਰ ਹੀ ਕਰਦਾ ਹੈਗਾ, ਠੀਕ ਆ, ਲਿਖਦੇ ਵੀ ਅਸੀਂ ਸਾਰੇ ਆਪਦੇ ਗਰੁੱਪ 'ਚ ਹੀ ਹਾਂ, ਕਿਉਂਕਿ ਪਹਿਲਾਂ ਜੋ ਵੀ ਅਸੀਂ ਗਾਣੇ ਗੁਣੇ ਦਿੱਤੇ ਸਾਡਾ ਯਾਰ, ਮਤਲਬ ਕਿ ਉਹ ਨਹੀਂ ਸਕਸੈਸ ਨਹੀਂ ਹੋ ਸਕੇ, ਕਿਉਂ ਨਹੀਂ ਹੋ ਸਕੇ ਵੀ ਲੋਕ ਲੈ ਤਾਂ ਲੈਂਦੇ ਨੇ, ਕਦਰ ਨਹੀਂ ਪੈਂਦੀ। 1-2 ਗਾਣੇ ਬਾਈ ਦੇ ਲਿਖੇ ਹੋਏ ਨੇ, ਉਹ ਕਾਪੀ ਵੀ ਹੋ ਚੁੱਕੇ ਨੇ, ਕਾਪੀ ਵੀ ਹੋ ਚੁੱਕੇ ਨੇ ਭਰਾ। ਹਾਂ, ਜਿਵੇਂ ਯਾਰ ਤੁਸੀਂ ਹੁਣ ਕਿਸਾਨੀ 'ਤੇ ਕਿਹਾ, ਉਹ 'ਤੇ ਵੀ ਤੁਹਾਨੂੰ ਇੱਕ ਹੋਰ ਚੀਜ਼ ਸੁਣਾ ਦਿੰਦੇ ਹਾਂ, ਜਿਵੇਂ ਕਹਿੰਦਾ ਸਟਾਰਟਿੰਗ ਸੀ ਕਿ
ਓਏ ਅਸੀਂ ਹੱਕ ਉਹ ਹੱਕ ਦੀ ਕਮਾਉਣੇ ਆ ਤੇ ਹੱਕ ਦੀ ਹੀ ਖਾਣੇ ਆ ਉਹ ਜਿਹੜਾ ਮਾਰੇ ਸਾਡਾ ਹੱਕ ਅਸੀਂ ਉੱਥੇ ਅੜ ਜਾਂਦੇ ਆ ਉਹ ਜਿਨ੍ਹਾਂ ਨੂੰ ਬਣਾਇਆ ਅਸੀਂ ਹੱਥਾਂ ਨਾਲਿਆ ਉਹ ਜਿਨ੍ਹਾਂ ਨੂੰ ਬਣਾਇਆ ਅਸੀਂ ਹੱਥਾਂ ਨਾਲਿਆ ਉਹੀ ਸਾਨੂੰ ਮਾਰੇ ਅਸੀਂ ਕਿੱਦਾਂ ਜਰ ਲਾਂਗੇ ਉਹ ਹਾਲੇ ਧਰ ਨਹੀਂ ਲੱਗੇ ਆ ਨਹੀਂ ਗੋਡਿਆਂ ਥੱਲੇ ਧਰ ਲਾਂਗੇ ਉਹ ਹਾਲੇ ਧਰ ਨਹੀਂ ਲੱਗੇ ਆ ਨਹੀਂ ਗੋਡਿਆਂ ਥੱਲੇ ਧਰ ਲਾਂਗੇ ਹੌਲੀ ਹੌਲੀ ਜਿਵੇਂ ਰਿਵੀਲ ਕਰਾਂਗੇ ਜਿੱਦਾਂ ਜਿੱਦਾਂ ਚੰਗਾ ਕੋਈ ਸਾਨੂੰ ਸੁਣਨਾ ਚਾਹੂਗਾ ਤਾਂ ਜਿਹੋ ਜਿਹੀ ਚੀਜ਼ ਸੁਣਨਾ ਚਾਹਾਂਗੇ ਅਸੀਂ ਉਹੀ ਜਿਹੀ ਚੀਜ਼ ਹੀ ਲੈ ਕੇ ਆਵਾਂਗੇ ਠੀਕ ਆ ਜੋ ਡਿਮਾਂਡ ਹੋਊਗੀ ਤਾਂ ਕਿਉਂਕਿ ਜਿਵੇਂ ਹੁਣ ਬਲਕਿ ਸੰਗਤ ਸਾਥੋਂ ਮੰਗਦੀ ਆ ਜਾਂ ਕੋਈ ਵੀ ਸਾਥੋਂ ਜਿਹੜੇ ਆਡੀਅੰਸ ਮੰਗਦੀ ਆ ਉਹੀ ਚੀਜ਼ ਹੀ ਅੱਗੇ ਆਉਂਦੀ ਆ ਜੇ ਚੰਗਾ ਸੁਣਨਾ ਪਸੰਦ ਕਰਾਂਗੇ ਤਾਂ ਆਲਰੇਡੀ ਚੰਗਾ ਹੀ ਲਿਖਿਆ ਜਾਊਗਾ ਜੀ ਠੀਕ ਆ ਨਾ ਜਿਵੇਂ ਹੁਣ ਸਿੱਧੂ ਮੂਸੇਵਾਲਾ ਜਿਹੋ ਜਿਹੀ ਕੁਛ ਲਿਖਦਾ ਉਹ ਇਹੋ ਜਿਹਾ ਲੋਕ ਭਾਲਦੇ ਨੇ ਤਾਂ ਉਹੋ ਜਿਹਾ ਲਿਖੀ ਜਾਂਦਾ ਠੀਕ ਆ ਜੇ ਉਹ ਸਾਈਡ ਕੋਈ ਭਾਲਦਾ ਤਾਂ ਸਾਈਡ ਲਿਖਦਾ ਅਸੀਂ ਇੱਕ ਬਿਜ਼ਨਸ ਕਰ ਰਹੇ ਹਾਂ ਭਰਾ ਜਿਹੋ ਜਿਹੀ ਡਿਮਾਂਡ ਹੋਊਗੀ ਉਹੀ ਚੀਜ਼ ਹੀ ਆਊਗੀ ਨਾ ਮਾਰਕੀਟ 'ਚ ਬਾਕੀ ਲੋਕਾਂ ਨੂੰ ਸਾਡੀ ਵੀ ਇਹੀ ਅਪੀਲ ਆ ਵੀ ਚੰਗਾ ਸੁਣਿਆ ਕਰੋ ਅਤੇ ਚੰਗਾ ਹੀ ਗਾਇਆ ਕਰੋ ਵੀ ਮਤਲਬ ਹੁਣ ਜਿਹੜੇ ਪਾਸੇ ਨੂੰ ਅੱਜ ਕੱਲ੍ਹ ਦੀ ਲੱਚਰਤਾ ਵੱਧ ਰਹੀ ਹੈਗੀ ਵੀ ਉਹ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਾਂ ਵੀ ਉਹ ਜਿਹਾ ਕੁਛ ਨਾ ਆਵੇ ਜਿੱਦਾਂ ਦਾ ਮਤਲਬ ਲੋਕ ਚਾਹੁੰਦੇ ਨੇਗੇ ਵੀ ਉੱਦਾਂ ਦਾ ਥੋੜ੍ਹਾ ਜਿਹਾ ਡਿਫਰੈਂਟ ਕਰੀਏ ਕੁਛ ਠੀਕ ਹੈ ਨਾ ਵੀਰੇ ਐਂਟਰਟੇਨਮੈਂਟ ਜ਼ਰੂਰੀ ਆ ਭਰਾ ਐਂਟਰਟੇਨਮੈਂਟ ਜ਼ਰੂਰੀ ਆ ਪਰ ਉਹ ਆਪਾਂ ਕਿੱਦਾਂ ਕਰਨਾ ਉਹ ਆਪਣੇ ਸਿਰ ਤੇ ਆ ਬਿਲਕੁਲ ਬੰਦ ਕੀਤਾ ਹੋਇਆ ਸੀ ਸੈਲਾਨੀ ਨਹੀਂ ਆ ਰਹੇ ਸੀ ਤੇ ਹੁਣ ਕਿਸ ਤਰ੍ਹਾਂ ਦਾ ਮਾਹੌਲ ਹੈ ਅਭੀ ਮਤਲਬ ਆ ਰਹੇ ਹੈ ਲੋਕ ਆ ਰਹੇ ਹੈ ਟੂਰਿਸਟ ਵਗੈਰਾ ਪਰ ਉਹ ਮਤਲਬ ਜ਼ਿਆਦਾ ਸਾਵਧਾਨੀ ਨਹੀਂ ਵਰਤ ਰਹੇ ਜੈਸੇ ਉਨਕੋ ਬਤਾਇਆ ਜਾ ਰਹਾ ਹੈ ਕਿ ਮਾਸਕ ਵਗੈਰਾ ਆਪਣੇ ਪਹਿਨੋ ਪ੍ਰੋਪਰਲੀ ਡਿਸਟੈਂਸ ਮੇਨਟੇਨ ਕਰੋ ਵੈਸਾ ਕੋਈ ਸੁਣ ਨਹੀਂ ਰਹਾ ਮਤਲਬ ਜਬ ਐਸੇ ਕਿ ਕਿਸੀ ਕੇ ਮਤਲਬ ਕਿਸੀ ਕੋ ਦੇਖ ਕੇ ਜੈਸੇ ਡਰਤੇ ਹੈ ਵੋ ਉਨਕੋ ਆਪਣੀ ਲਾਈਫ ਕਾ ਐਸਾ ਨਹੀਂ ਕਿ ਹਮ ਆਪਣੀ ਲਾਈਫ ਕੇ ਲੀਏ ਕੁਛ ਕਰ ਰਹੇ ਦੇਖ ਕੇ ਵੋ ਐਸਾ ਕਰਦੇ ਕਿ ਨਹੀਂ ਹਮਾਰੇ ਕੋ ਕੁਛ ਬੋਲੇਗਾ ਜਾਂ ਹਮਾਰੇ ਸੇ ਫਾਈਨ ਵਗੈਰਾ ਲੇਂਗੇ ਤੋ ਉਸਸੇ ਉਸਕੋ ਉਨਕੋ ਡਰ ਹੈ ਬਾਕੀ ਉਨਕੋ ਆਪਣੀ ਲਾਈਫ ਕਾ ਕੁਛ ਐਸਾ ਨਹੀਂ ਕਿ ਹਮਾਰੇ ਕੋ ਕੁਛ ਹੋ ਜਾਏਗਾ ਜਾਂ ਕੁਛ ਐਸਾ ਹਮਾਰੀ ਐਨਸੀਸੀ ਕੀ ਔਰਸ ਡਿਊਟੀ ਹੈ ਕਿ ਜੋ ਮਤਲਬ ਮਾਸਕ ਨਹੀਂ ਪਹਿਨ ਰਹਾ ਹੈ ਉਨਕੋ ਹਮਨੇ ਬਤਾਨਾ ਹੈ ਕਿ ਆਪਣੇ ਮਾਸਕ ਪਹਿਨੇ ਔਰ ਡਿਸਟੈਂਸ ਮੇਨਟੇਨ ਕਰੇ ਹਮ ਕਾਲਜ ਸੇ ਆਰ ਕੈਮ ਵੀ ਸ਼ਿਮਲਾ ਕਾਲਜ ਸੇ ਥੈਂਕ ਯੂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪਿੱਛੇ ਘੋੜੇ ਲਗਾਏ ਹੋਏ ਆ ਇੱਥੇ ਜਿਹੜੇ ਸੈਲਾਨੀ ਆ ਕੇ ਘੋੜ ਸਵਾਰੀ ਕਰਦੇ ਆ ਆਪਾਂ ਕਰਦੇ ਇਹਨਾਂ ਨਾਲ ਗੱਲਬਾਤ ਹਾਂਜੀ ਕਿੰਨਾ ਰੈਂਟ ਹੈ ਰੈਂਟ ਕਿਆ ਇਸਕਾ ਹਮਾਰੇ ਯਹਾਂ ਘੁੰਮਣੇ ਕਾ ਜੀ ਹਾਂਜੀ ਇਹ ਘੁੰਮਣੇ ਕਾ ਬੱਚੇ ਕਾ 50 ਰੁਪਏ ਜੀ ਅੱਛਾ ਜੀ ਦੋ ਬੱਚੋ ਕਾ 80 ਰੁਪਏ ਜੀ ਅੱਛਾ ਔਰ ਬੜਾ ਔਰ ਬੱਚਾ 100 ਰੁਪਏ ਜੀ ਅੱਛਾ ਇਹ ਯਹਾਂ ਪੂਰਾ ਇਸ ਗਰਾਉਂਡ ਇਹ ਫਲੈਗ ਪਰ ਜਾਂਦੇ ਜੀ ਥੋੜਾ ਉਹ ਪਿੱਛੇ ਸੈਕੰਡ ਪੋਲ ਆ ਉਹਾਂ ਤੱਕ ਜਾ ਕੇ ਵਾਪਸ ਅੱਛਾ ਇਸ ਕੇ ਆਸ ਪਾਸ ਹੀ ਜਾਂ ਦੂਰ ਵੀ ਜਾਂਦੇ ਹੋ ਦੂਰ ਜਾਖੋ ਮੰਦਿਰ ਜਾਂਦੇ ਆ ਜਾਂ ਕਈ ਹੋਰ ਬੜਾ ਲੈ ਜਾਂਦੇ ਹੋ ਵਾਹ ਹਾਂਜੀ ਅੱਛਾ ਉਹ ਵਾਹਾਂ ਦਾ ਕੀ ਰੈਂਟ ਹੈ वहाँ का एक तो आजकल सवारी नहीं है वहाँ का रेंट है 400-500-600 रुपये कितनी दूर पड़ता है यहाँ से ये पड़ता है 2.5 किलोमीटर पैदल है जो घोड़े का रास्ता 3.5 किलोमीटर वन साइड पड़ता है कोविड 19 के चलना जो लॉकडाउन रहेगा वो दरम्यान बॉर्डर बंद किए गए थे हुण ये खोले गए ने सैलानी आने शुरू हुए हैं तुसीं आए हो कित्थों आए हो तो किवें महसूस कर रहे असीं भाजी मोहाली तो आए हैं तो वधिया लग रहा हुण खुल गया है तो लॉकडाउन के बाद काफ़ी लोग घूम रहे हैं ਮਤਲਬ ਠੰਡ ਵੀ ਹੈਗੀ ਆ ਪੰਜਾਬ ਵਾਲੀ ਸਾਈਡ ਹਲਕੀ ਜਿਹੀ ਹੁਣ ਪੈ ਰਹੀ ਹੈ ਤਾਂ ਅਸੀਂ ਵੀ ਇੱਧਰ ਆਏ ਸੀਗੇ ਅੱਛਾ ਕਿ ਕਿਵੇਂ ਲੱਗਦਾ ਹੈ ਮਤਲਬ ਮਾਹੌਲ ਪਹਿਲਾਂ ਦੀ ਤਰ੍ਹਾਂ ਹੋ ਗਿਆ ਪਹਿਲਾਂ ਜਿੰਨੀ ਭੀੜ ਹੋਣੀ ਸ਼ੁਰੂ ਹੋ ਗਈ ਜਾਂ ਅਜੇ ਘੱਟ ਆ ਰਹੇ ਨੇ ਹਲਕੇ ਜੇ ਘੱਟ ਆ ਅੱਛਾ ਉਵੇਂ ਠੀਕ ਠਾਕ ਆ ਮਾਹੌਲ ਦੇ ਹਿਸਾਬ ਦੇ ਨਾਲ ਤਾਂ ਵਧੀਆ ਠੀਕ ਠਾਕ ਆ ਹਜੇ ਤਾਂ ਮਾਲ ਰੋਡ ਘੁੰਮਦੇ ਪਏ ਆ ਬਾਕੀ ਹਨੂੰਮਾਨ ਜੀ ਦੀ ਮੂਰਤੀ ਦੇਖਣ ਆਏ ਆ ਬਹੁਤ ਜ਼ਿਆਦਾ ਵਧੀਆ ਲੱਗਦਾ ਪਿਆ ਬਹੁਤ ਹਾਂਜੀ ਕੋਵਿਡ ਦੇ ਦਰਮਿਆਨ ਘਰਾਂ 'ਚ ਬੈਠੇ ਸੀ ਹੁਣ ਬਾਹਰ ਆਉਣ ਦਾ ਮੌਕਾ ਮਿਲਿਆ ਬਹੁਤ ਵਧੀਆ ਮਹਿਸੂਸ ਹੋ ਰਿਹਾ ਇਸ ਟਾਈਮ ਦੱਸ ਨਹੀਂ ਸਕਦੇ ਕਿ ਬਹੁਤ ਚੀਜ਼ਾਂ ਮਿਸ ਕਰਦੇ ਪਏ ਇੰਨਾ ਪ੍ਰਦੂਸ਼ਣ ਵੀ ਹੈ ਨਹੀਂ ਨਾ ਆਪਣੇ ਇੱਧਰ ਸ਼ਿਮਲੇ ਵਾਲੀ ਸਾਈਡ ਸਹੀ ਹੈ ਹਵਾ ਮੌਸਮ ਕਿਵੇਂ ਲੱਗ ਰਿਹਾ ਬਹੁਤ ਜ਼ਿਆਦਾ ਵਧੀਆ ਬਹੁਤ ਠੰਡਾ ਅੱਛਾ ਅੱਜ ਤਾਂ ਪੂਰੇ ਬਰਫ ਦੀ ਫੀਲਿੰਗ ਲੈ ਕੇ ਆਈ ਸੀ ਪਰ ਬਰਫ ਨਹੀਂ ਪੈ ਰਹੀ ਇਸ ਟਾਈਮ ਪਰ ਅੱਗੇ ਕੁੱਲੂ ਮਨਾਲੀ ਦੇਖਦੇ ਉੱਥੇ ਆਇਆ ਸ਼ਾਇਦ ਸਾਡਾ ਟ੍ਰਿਪ ਸਹੀ ਵਸੇ ਪੂਰੇ ਪਰਿਵਾਰ ਦੇ ਨਾਲ ਆਏ ਹਾਂਜੀ ਇਹ ਸਾਰੇ ਮੈਂਬਰ ਆਏ ਇਹ ਮੇਰਾ ਭਤੀਜਾ ਆ ਆ ਮੇਰਾ ਬੇਟਾ ਆ ਆ ਮੇਰਾ ਭਾਣਜਾ ਆ ਅੱਛਾ ਹਾਂਜੀ ਪੰਜਾਬ ਤੋਂ ਬਰਨਾਲਾ ਡਿਸਟ੍ਰਿਕਟ ਤੋਂ ਆਇਆ ਜੀ ਜਿਵੇਂ ਕਿ ਕਰੋਨਾ ਦੇ ਦਰਮਿਆਨ ਜਿਹੜਾ ਸਾਰੇ ਬਾਰਡਰ ਬੰਦ ਕਰ ਦਿੱਤੇ ਸੈਲਾਨੀ ਬਿਲਕੁਲ ਮਤਲਬ ਬੰਦ ਕਰਤਾ ਹੀ ਕੰਮ ਹੁਣ ਖੋਲਿਆ ਗਿਆ ਤਾਂ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ 6-7 ਮਹੀਨੇ ਘਰੇ ਲਾ ਕੇ ਜਵਾਕ ਵੀ ਘਰੇ ਬੋਰ ਹੋ ਰਹੇ ਸੀ ਥੋੜ੍ਹਾ ਇੰਟਰਟੇਨਮੈਂਟ ਬੱਚਿਆਂ ਦਾ ਵੀ ਰਿਕਰੀਏਸ਼ਨ ਐਕਟੀਵਿਟੀ ਥੋੜ੍ਹੀ ਹੋ ਜਾਂਦੀ ਹੈ ਨਾ ਤਾਂ ਬਹੁਤ ਵਧੀਆ ਫੀਲ ਹੋ ਰਿਹਾ ਜੀ ਇੱਥੇ ਵੈਦਰ ਬਹੁਤ ਵਧੀਆ ਇੱਥੇ ਪਹਿਲੀ ਵਾਰ ਆਏ ਹੋ ਹਾਂ ਇੱਥੇ ਸ਼ਿਮਲਾ ਪਹਿਲੀ ਵਾਰ ਆਏ ਅੱਛਾ ਹੋਰ ਮਤਲਬ ਇਸ ਤੋਂ ਬਾਅਦ ਕਿੱਥੇ ਕਿੱਥੇ ਘੁੰਮਣਾ ਇਸ ਤੋਂ ਬਾਅਦ ਐਕਚੁਅਲੀ ਅਸੀਂ ਕੱਲ੍ਹ ਚੰਡੀਗੜ੍ਹ ਜਾਣਾ ਉੱਥੇ ਕਿਤੇ ਉੱਥੇ ਰਹਿਣਾ ਉਸ ਤੋਂ ਬਾਅਦ ਘਰੇ ਚਲੇ ਜਾਣਾ ਅਸੀਂ ਠੀਕ ਹੈ ਹਾਂਜੀ ਹਾਂ ਬੇਟਾ ਕਿੱਥੇ ਘੁੰਮਣ ਆਏ ਹੋ ਜੀ ਅਸੀਂ ਸ਼ਿਮਲੇ ਘੁੰਮਣ ਆਏ ਹਾਂ ਅੱਛਾ ਸਕੂਲ ਲੱਗਣੇ ਸ਼ੁਰੂ ਹੋਣੇ ਨੇ ਹੁਣ ਫਿਰ ਹਾਂਜੀ ਜਾਇਆ ਕਰੋਗੇ ਹਾਂਜੀ ਕਿਵੇਂ ਜੇ ਲੱਗੂਗਾ ਸਕੂਲ ਜਾਣ ਕੇ ਜਾ ਕੇ ਬਹੁਤ ਵਧੀਆ ਲੱਗੂਗਾ ਜੀ ਵਧੀਆ ਲੱਗੂਗਾ ਔਖਾ ਨਹੀਂ ਲੱਗੂਗਾ ਇੰਨੇ ਦਿਨ ਵਿਹਲੇ ਘਰੇ ਰਹਿ ਕੇ ਹੁਣ ਸਕੂਲ ਜਾਣਾ ਪਊਗਾ ਸਖਾਲਾ ਲੱਗੂ ਸਖਾਲਾ ਲੱਗੂਗਾ ਘਰੇ ਕੰਮ ਕਰਦੇ ਹੁੰਦੇ ਸੀ ਹਾਂਜੀ ਆਨਲਾਈਨ ਹਾਂਜੀ ਕਲਾਸ ਕਰਨੀ ਆਣੇ ਆਨਲਾਈਨ ਜਾਇਆ ਕਰੋਗੇ ਸਕੂਲ ਹਾਂ ਹਾਂਜੀ ਨਹੀਂ ਹਾਂਜੀ
अच्छा नहीं फिर डर नहीं इन्ने दिन घरे रहे हुण आए नहीं लगता भी औखा नहीं लगता स्कूल जाना नहीं कोई औखा नहीं लगता कोई औखा नहीं लगता नहीं 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 बॉम्बे से हाँ जी बहुत ही बढ़िया मतलब घर पे रह के बहुत ही ज़्यादा बोर हो गए थे एंड वी लव ट्रैवलिंग सो अभी बहुत ही बढ़िया अभी हम लोग ऑलमोस्ट हर वीकेंड अभी कहीं ना कहीं जा रहे हैं तो बहुत ही बढ़िया थले तुसी यार सीढ़ियां नहीं आए हो कितना रहा एक्सपीरियंस था बढ़िया इतना मुश्किल नहीं है कि कितने किलोमीटर चल के आए दो किलोमीटर है 18 मिनट में हो जाता है अच्छा कर सकते हो आराम से कोई प्रॉब्लम नहीं है पहली बार आए शिमला या पहला भी आए नहीं पहले आए हम बट यहाँ नहीं आए टेंपल पे नहीं आए जाकू टेंपल पहली बार जा रहे हैं कोई आगे और भी जाने का प्रोग्राम है या इसी मतलब शिमला ले आए शायद कल करेंगे हम शाली टिब्बा ट्रैक अच्छा हाँ तो उसका प्लान है कल का या फिर मशहूरबा जाएंगे अच्छा हाँ कितना ना लगे मतलब जिदा पहला तुम आए थी उस टाइम के नो हूँ की फर्क है पहले बहुत भीड़ होती थी अभी बहुत ही अच्छा लग रहा है बिकॉज बहुत कम भीड़ है और सारे Everybody is following, सब mask वास्क करे पहन रहे हैं तो कोई दिक्कत नहीं है हमने तो किसी ने भी नहीं पहना हम तो बिकॉज़ दूर जैसे कोई आते हैं तो हम पहन लेते हैं हम अकेले होते हैं तो फिर कल्ले चलते तब नहीं पहनते आपनी सावधानी के लिए पहनते हो या चलान के डर से पहनते नहीं नहीं सावधानी के लिए इतना ट्रैवल करना है अगर तो यू हैव टू टेक द प्रिकॉशंस पंजाब के बारे में कुछ नॉलेज है आपको ज्यादा पंजाब में क्या चल रहा है आपके कौन सा करंट इश्यूज के बारे में कुछ नॉलेज है आई डू आई एम नॉट फार्म बिल नहीं खाली बस पता है हां जी बस वही पता है हमको तो और नहीं पता है पॉलिटिक्स है तो फिर ऑटोमेटिकली सब लोग इंटरेस्ट लेते हैं इसमें मतलब बॉम्बे में ये पता है कि पंजाब में और हरियाणा में मोदी का बहुत विरोध हो रहा है उसके हां वो तो पता है वो तो क्लियरली पता है कि बॉम्बे भी आप देखोगे तो मोदी ड्रिवन नहीं है बीजेपी वहाँ पे आया नहीं है वहाँ पे कोलिशन आई है नॉन बीजेपी की तो उन लोग तो सबसे पहले वैसे ही बात करेंगे जहाँ पे एंटी मोदी है थैंक यू सो मच कितने आए सर चंडीगढ़ को बहुत अच्छा इस साल की पहली टूर है मेरी इस साल की 2020 की अच्छा तो ये वीकेंड सेलिब्रेट करने आए हैं अभी जस्ट ऑफिस की छुट्टी हुई थी 2 दिन की छुट्टी हमने मनाने आगे पता चला कि बस जा रही है रेगुलरली तो आ गए तो अच्छा। बहुत अच्छा लग रहा है और इस तो बाद आगे कितने और भी जाना है या स्पेशल शिमले लिए आए हैं स्पेशल शिमले भी आना अच्छा की देखोगे इतने या की देखा है जाखू मंदिर ही देखा है जाखू देखा अभी जा रहे होटल रेस्ट करेंगे फिर अच्छा वहाँ से पैदल ही आ रहे हो हाँ। कैसा रहा एक्सपीरियंस थके हुए पूरे अच्छा ज़्यादा लगातार चल रहे या रुक के आ रहे हो नहीं रुक के आ रहे इतनी अच्छी की कैपेसिटी है ठीक है ओके थैंक यू दिल्ली तो आए होशियारपुर के रहने वाले हैं अच्छा जी ਜਿਵੇਂ ਪਹਿਲਾਂ ਆਪਣਾ ਕਰੋਨਾ ਦੇ ਦੌਰਾਨ ਜਿਹੜਾ ਪੂਰਾ ਬੰਦ ਸੀਗਾ ਸੈਲਾਨੀ ਇੱਥੇ ਆਉਣੇ ਬੰਦ ਸੀਗੇ ਹੁਣ ਖੁੱਲ੍ਹ ਗਿਆ ਹੁਣ ਤੁਹਾਨੂੰ ਕਿਵੇਂ ਦਾ ਮਹਿਸੂਸ ਹੋਇਆ ਜਿੱਥੇ ਆ ਕੇ ਥੋੜ੍ਹਾ ਜਿਹਾ ਅੱਛਾ ਲੱਗ ਰਿਹਾ ਆ ਗ੍ਰੀਨ ਹੈਗੇ ਹੀ ਆ ਤਾਂ ਇਹਦਾ ਕਰਕੇ ਥੋੜ੍ਹਾ ਜਿਹਾ ਸਾਹ ਲੈਣ 'ਚ ਵੀ ਥੋੜ੍ਹੀ ਅੱਛੀ ਲੱਗ ਰਿਹਾ ਆ ਹਾਂਜੀ ਅਤੇ ਅਸੀਂ ਕਦੀ 6 ਮਹੀਨੇ ਤੋਂ ਬਾਹਰ ਹੀ ਨਹੀਂ ਸੀ ਨਿਕਲੇ ਅੱਛਾ ਜੀ ਪਹਿਲੀ ਵਾਰ ਆਏ ਹੋ ਨਹੀਂ ਇੱਥੇ ਤਾਂ ਪਹਿਲੀ ਵਾਰ ਆਏ ਹਾਂ ਅੱਛਾ ਜੀ ਉਹਦਾ ਪਿਛਲੇ ਮਹੀਨੇ ਅਸੀਂ ਮਨਸੂਰੀ ਗਏ ਹੋਏ ਸੀਗੇ ਉੱਥੇ ਵੀ ਘੁੰਮ ਕੇ ਆਏ ਹਾਂ ਅਤੇ ਇਸ ਕਰਕੇ ਥੋੜ੍ਹਾ ਜਿਹਾ ਪ੍ਰੋਬਲਮ ਹੈਗੀ ਹੈ ਸਾਹ ਵਗੈਰਾ ਦੀ ਲੱਤਾਂ ਦੀ ਬਾਕੀ ਸਭ ਠੀਕ ਹੈ ਫਿਰ ਵੀ ਉੱਪਰੋਂ ਪੈਦਲ ਆ ਰਹੇ ਹਾਂ ਹਾਂਜੀ ਸ਼ੌਕ ਹੈ ਠੀਕ ਹੈ ਇਹ ਆਪਣਾ ਮੇਰਾ ਸ਼ੌਕ ਹੈਗਾ ਅੱਛਾ ਤੇ ਫੈਮਿਲੀ ਆ ਤੁਸੀਂ ਪੰਜਾਬੀ ਫੈਮਿਲੀ ਨੂੰ ਬੁਲਾਉਂਦੇ ਹਾਂਜੀ ਅੱਛਾ ਤੁਸੀਂ ਪੰਜਾਬੀ ਹੋ ਜਾਂ ਹਸਬੈਂਡ ਪੰਜਾਬੀ ਹਸਬੈਂਡ ਪੰਜਾਬੀ ਨੇ ਮੈਂ ਕਟੇ ਦੀ ਹੈਗੀ ਹਾਂ ਅੱਛਾ ਜੀ ਬੱਚੇ ਮਨਾ ਕਰ ਰਹੇ ਸੀ ਹੋਟਲ ਤੋਂ ਨਹੀਂ ਸੀ ਆਉਂਦੇ ਰਹੇ ਅੱਛਾ ਅੱਛਾ ਮੈਂ ਕਿਹਾ ਨਹੀਂ ਮੈਂ ਪਹਿਲੇ ਜਾਵਾਂਗੀ ਠੀਕ ਹੈ ਥੈਂਕ ਯੂ ਫਿਰ ਦੇਖੋ ਜਿੱਦਾਂ ਹੈ ਹਲੇ ਭੀੜ ਹੈਗੀ ਵੀਕਐਂਡ ਤੇ ਭੀੜ ਹੈਗੀ ਕਾਫੀ ਮਤਲਬ ਠੀਕ ਹੈ ਮਤਲਬ ਮਤਲਬ ਇਹ ਸਮਝ ਕੇ ਚਲੋ 80% ਭੀੜ ਹੈਗੀ ਇੱਥੇ ਅੱਛਾ ਮਤਲਬ ਪਹਿਲਾਂ ਨਾਲੋਂ 80% ਮਤਲਬ ਕਸਟਮਰ ਆਉਣਾ ਸ਼ੁਰੂ ਹੋ ਗਿਆ ਹੁਣ ਅੱਛਾ ਪਹਿਲਾਂ ਇੰਨਾ ਨਹੀਂ ਸੀਗਾ ਹੁਣ 80% ਆ ਗਿਆ ਹੁਣ ਜਿੱਦਾਂ ਦੇਖੋ COVID-19 ਹੁਣ ਧੀਰੇ ਧੀਰੇ ਖਤਮ ਹੋ ਰਿਹਾ ਧੀਰੇ ਧੀਰੇ ਡਾਊਨ ਜਾ ਰਿਹਾ ਡਿਕਰੀਜ਼ਿੰਗ ਤੇ ਹੈ ਹੁਣ ਦੇਖੋ ਅੱਗੇ ਜਿਹੜਾ ਆਉਣ ਵਾਲਾ ਟਾਈਮ ਹੈ ਮੇ ਬੀ 100% ਓਕਿਪੈਂਸੀ ਹੋਣੀ ਸਟਾਰਟ ਹੋ ਜਾਏਗੀ ਇੱਥੇ ਇੱਥੇ ਮਤਲਬ ਜਿਹੜਾ ਗਵਰਨਮੈਂਟ ਵੱਲੋਂ ਕੀ ਰੂਲ ਨੇ ਜਿਹੜਾ ਕਰੋਨਾ ਮਹਾਮਾਰੀ ਦੇ ਦਰਮਿਆਨ ਕੀ ਨਿਰਦੇਸ਼ ਦਿੱਤੇ ਗਏ ਨੇ ਆਪਾਂ ਕੀ ਸਾਵਧਾਨੀਆਂ ਵਰਤਣੀਆਂ COVID-19 ਦੇ ਅੰਦਰ ਦੇਖੋ ਜਿਹੜੇ ਨਿਰਦੇਸ਼ ਦਿੱਤੇ ਸਾਨੂੰ ਜਿਹੜੇ ਹੋਟਲੀਅਰਸ ਵਾਸਤੇ ਹੈਗੇ ਉਹ ਤਾਂ ਹੈਗੇ ਦੇਖੋ ਤੁਹਾਨੂੰ ਜਿਹੜਾ ਸੈਨੀਟਾਈਜੇਸ਼ਨ ਕਰਨੀ ਬਹੁਤ ਜ਼ਰੂਰੀ ਹੈ ਨਾਲੇ ਜਿਹੜੇ ਕਸਟਮਰ ਆਉਂਦੇ ਹੈ ਉਹਨਾਂ ਨੂੰ ਦੇਖੋ ਥਰਮਲ ਸਕੈਨਿੰਗ ਕਰਨੀ ਹੈ ਉਹ ਜ਼ਰੂਰੀ ਹੈ ਉਹ ਤੋਂ ਬਾਅਦ ਹੀ ਅਸੀਂ ਰੂਮ ਦੇ ਸਕਦੇ ਹਾਂ ਲੇਕਿਨ ਅਦਰਵਾਈਜ਼ ਵੀ ਜਿਹੜੇ ਮਾਸਕ ਲਾਉਣਾ ਉਹ ਬਹੁਤ ਮਸਟ ਹੈ ਨਾਲ ਸੋਸ਼ਲ ਡਿਸਟੈਂਸਿੰਗ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਤੁਹਾਨੂੰ ਕੀ ਲੱਗਦਾ ਹੈ ਜਿਹੜਾ ਸ਼ਿਮਲਾ ਦੇ ਵਿੱਚ ਬਾਕੀ ਸਟੇਟਸ ਦੇ ਨਾਲੋਂ ਕਰੋਨਾ ਵਾਇਰਸ ਜਿਹੜੀ ਘੱਟ ਮਹਾਮਾਰੀ ਘੱਟ ਇੱਥੇ ਘੱਟ ਮਹਾਮਾਰੀ ਹੈ ਇੱਥੇ ਇੰਨਾ ਨਹੀਂ ਹੈਗਾ ਜਿਹੜਾ ਟੂਰਿਸਟ ਆਇਆ ਇੱਥੇ ਟੂਰਿਸਟ ਦੇ ਹਿਸਾਬ ਨਾਲ ਤਾਂ ਟੂਰਿਸਟ ਦਾ ਇੱਕ ਵੀ ਮਤਲਬ 1% ਵੀ ਹਲੇ ਟੂਰਿਸਟ ਦੇ ਨਾਲ ਕੋਈ ਕਰੋਨਾ ਕੋਵਿਡ ਨਹੀਂ ਆਇਆ ਇੱਥੇ ਜਿਹੜਾ ਕੋਵਿਡ ਆਇਆ ਵੀ ਹੈ ਉਹ ਜਿਹੜੇ ਬੰਦੇ ਗਏ ਸੀ ਪਹਿਲਾਂ ਜਿੱਦਾਂ ਬਾਹਰੋਂ ਆਇਆ ਹੈ ਦਿੱਲੀਓਂ ਆਏ ਪਹਿਲਾਂ ਉਹਨਾਂ ਨਾਲ ਕਮਿਊਨਿਟੀ ਸਪਰੈਡਿੰਗ ਹੋਈ ਸੀ ਹੁਣ ਉਹ ਵੀ ਘੱਟ ਹੋ ਗਈ ਇੱਥੇ ਤੁਸੀਂ ਕਿੰਨੇ ਟਾਈਮ ਤੋਂ ਮਤਲਬ ਜਿਹੜਾ ਆਪਣਾ ਹੋਟਲ ਬਣਾਇਆ ਹੋਇਆ
ਇਹਨੂੰ 20 ਸਾਲ ਹੋ ਗਏ ਜੀ 20 ਸਾਲ ਹੋ ਗਏ ਹੋਟਲ ਬਣਿਓ ਸਾਨੂੰ ਅੱਛਾ ਬਾਕੀ ਸਾਡੀ ਜਿਹੜੀ ਸਰਵਿਸ ਹੈ ਨੰਬਰ 1 ਸਰਵਿਸ ਇਸ ਵੇਲੇ ਬਿਕੋਜ਼ ਰੀਜ਼ਨ ਇਹ ਹੈ ਕਿ ਮਾਲ ਰੋਡ ਤੇ ਹੋਟਲ ਹੈ ਸਾਡਾ ਚੱਲਣਾ ਫਿਰਨਾ ਇੱਥੇ ਕੁਝ ਨਹੀਂ ਪੈਂਦਾ ਬਿਲਕੁਲ ਮੇਨ ਸਕੈਂਡਲ ਪੁਆਇੰਟ ਤੇ ਹੋਟਲ ਗਿਆ ਕਸਟਮਰ ਆ ਰਹੇ ਆ ਠੀਕ ਹੈ ਕਸਟਮਰ ਲਾਈਕ ਕਰਦਾ ਹੈ ਹੋਟਲ ਸਾਡਾ ਕਲੀਨਨੈਸ ਸਾਡੀ ਬਹੁਤ ਵਧੀਆ ਹੈ ਸਰਵਿਸ ਸਾਡੀ ਵਧੀਆ ਹੈ ਬਾਕੀ ਹਲੇ ਸਟਾਫ ਜਿਹੜਾ ਹੈ ਧੀਰੇ ਧੀਰੇ ਕਰਕੇ ਅਸੀਂ ਬੁਲਾ ਰਹੇ ਹਾਂ